ਅੱਜ ਦਾ ਜਿਹੜਾ ਟਿਊਟੋਰੀਅਲ ਹੈਗਾ ਉਸ ਦੇ ਵਿੱਚ ਇਮੇਜ ਦੇ ਬਾਰੇ ਆਪਾਂ ਡਿਸਕਸ ਕਰਾਂਗੇ, ਸ਼ੇਪਸ ਦੇ ਬਾਰੇ ਡਿਸਕਸ ਕਰਾਂਗੇ ਤੇ ਟੈਕਸਟ ਦੇ ਬਾਰੇ ਇਕੱਠੇ ਉਹਨਾਂ ਨੂੰ ਕਿੱਦਾਂ ਅਰੇਂਜ ਕਰ ਸਕਦੇ ਹਾਂ ਆਪਾਂ ਪੇਜ ਦੇ ਵਿੱਚ। ਠੀਕ ਹੈ, ਉਸ ਦੇ ਵਿੱਚ ਆਪਾਂ ਜਿੱਦਾਂ ਇਹ ਹੈਗੀ ਹੈ ਇੱਕ ਟੈਂਪਲੇਟ ਬਣਿਆ ਹੈਗਾ, ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ। ਇਸ ਦੇ ਵਿੱਚ ਇਹ ਜਿੱਦਾਂ ਸ਼ੇਪ ਹੈਗੀ ਆ, ਇਹ ਸ਼ੇਪ ਦੇ ਨਾਲ ਨਾਲ ਜਿਹੜੀ ਹੈਗੀ ਆ ਟੈਕਸਟ ਜਿਹੜੀ ਹੈਗੀ ਆ ਫਲੋ ਕਰਦੀ ਪਈ ਆ। ਠੀਕ ਹੈ, ਇਹ ਆਪਾਂ ਇਸੇ ਤਰ੍ਹਾਂ ਹੀ ਕਰਕੇ ਦੇਖਣਾ ਹੈਗਾ। ਉਸਦੇ ਲਈ ਆਪਾਂ ਜਿਹੜਾ ਹੈਗਾ ਵਾ ਕੀ ਕਰਾਂਗੇ, ਆਪਾਂ ਇਸ ਦੇ ਵਿੱਚ ਨਿਊ ਫਾਈਲ ਕੀਤੀ। ਸੋ ਇੱਕ ਟੈਕਸਟ ਬਾਕਸ ਲਵਾਂਗੇ ਆਪਾਂ, ਇਨਸਰਟ ਟੈਕਸਟ ਫਰੇਮ। ਸੋ ਜਿਹੜਾ ਟੈਕਸਟ ਫਰੇਮ ਹੈ ਪੂਰਾ ਵੱਡਾ ਕਰ ਦਿੱਤਾ ਮੈਂ। ਠੀਕ ਹੈ, ਟੈਕਸ ਫਰੇਮ ਹੋ ਗਿਆ ਸਾਡਾ। ਇਸ ਦੇ ਵਿੱਚ ਸੈਂਪਲ ਟੈਕਸ ਕਰ ਸਕਦੇ ਹਾਂ ਜਾਂ ਗੈਟ ਟੈਕਸ ਕਰ ਸਕਦੇ ਹਾਂ ਤੁਸੀਂ। ਸੋ ਇਸ ਦੇ ਵਿੱਚ ਹੁਣ ਕੀ ਕਰਾਂਗਾ, ਮੈਂ ਇੱਕ ਇਮੇਜ ਫਰੇਮ ਲਵਾਂਗਾ। ਇਮੇਜ ਇਨਸਰਟ ਕਰ ਦਿੱਤੀ ਮੈਂ, ਉਸ ਦੇ ਵਿੱਚ ਗੈਟ ਇਮੇਜ, ਗੈਟ ਇਮੇਜ ਦੇ ਵਿੱਚ ਜਿਹੜੀ ਹੈਗੀ ਹੈ ਮੈਂ ਕੋਈ ਇਮੇਜ ਆਪਣੀ ਕਰਤੀ ਇਨਸਰਟ। ਹੁਣ ਕਿਉਂਕਿ ਇਮੇਜ ਵੱਡੀ ਹੈਗੀ ਹੈ, ਇਮੇਜ ਨੂੰ ਐਡਜਸਟ ਕਰਨ ਦੇ ਲਈ ਐਡਜਸਟ ਇਮੇਜ ਟੂ ਫਰੇਮ, ਹੁਣ ਫਰੇਮ ਥੋੜ੍ਹਾ ਜਿਹਾ ਵੱਡਾ ਹੈਗਾ ਇਮੇਜ ਤੋਂ, ਇਸ ਲਈ ਕਰਾਂਗਾ ਐਡਜਸਟ ਫਰੇਮ ਟੂ ਇਮੇਜ। ਸੋ ਇਹ ਹੋ ਗਈ, ਹੁਣ ਜਿਹੜੀ ਹੈਗੀ ਹੈ ਇਮੇਜ ਜਿਹੜੀ ਹੈਗੀ ਆ ਉੱਪਰ ਟੈਕਸਟ ਦੇ ਉੱਪਰ ਹੈਗੀ ਨਾ ਦੱਸਦੀ ਪਈ ਸਾਨੂੰ, ਇਹਨੂੰ ਇਮੇਜ ਨੂੰ ਇਹਦਾ ਲੈਵਲ 2 ਹੈਗਾ, ਜੇ ਅਸੀਂ ਇਹਦਾ ਲੈਵਲ 1 ਕਰ ਦਿੰਦੇ ਹਾਂ ਤਾਂ ਇਹ ਟੈਕਸਟ ਦੇ ਥੱਲੇ ਚਲ ਗਈ। ਹੁਣ ਆਪਾਂ ਇੱਦਾਂ ਨਹੀਂ ਚਾਹੁੰਦੇ, ਆਪਾਂ ਚਾਹੁੰਦੇ ਹਾਂ ਕਿ ਇਹਦੇ ਆਲੇ ਦੁਆਲੇ ਜਿਹੜੀ ਹੈਗੀ ਆ ਫਲੋ ਕਰੇ ਟੈਕਸ। ਸੋ ਉਹਦੇ ਲਈ ਇਸ ਦੇ ਵਿੱਚ ਕਲਿੱਕ ਜਦੋਂ ਕਰਦੇ ਹਾਂ ਹੈਂਡ ਟੂ ਹੈਂਡ ਬਣ ਗਿਆ ਹੈਗਾ, ਦੇਖੋ ਆਈਕਨ, ਇਹਦਾ ਮਤਲਬ ਸਿਲੈਕਟ ਹੋ ਗਈ ਇਮੇਜ। ਹੁਣ ਇੱਥੇ ਸ਼ੇਪਸ ਦੇ ਵਿੱਚ ਜਾ ਕੇ ਆਪਾਂ ਜਿਹੜੀਆਂ ਪ੍ਰੋਪਰਟੀਜ਼ ਖੋਲ ਲਈਆਂ ਇਮੇਜ ਦੀਆਂ, ਨੇਮ ਹੈਗਾ ਇਮੇਜ 2। ਸੋ ਇਸ ਦੇ ਵਿੱਚ ਆਪਾਂ ਯੂਜ਼ ਕੀ ਕੀਤਾ ਹੈਗਾ, ਫਰੇਮ ਸ਼ੇਪ ਕਰ ਦਿੱਤੀ ਹੈਗੀ। ਸੋ ਹੁਣ ਤੁਸੀਂ ਦੇਖੋ ਇਸ ਦੇ ਵਿੱਚ ਕਿ ਜਿਹੜੀ ਹੈਗੀ ਹੈ ਟੈਕਸਟ ਉਹ ਵੀ ਹੋ ਗਈ ਆ ਆਲੇ ਦੁਆਲੇ, ਜਿੱਦਾਂ ਜਿੱਦਾਂ ਇਮੇਜ ਚੱਲਦੀ ਪਈ ਆ ਇਮੇਜ ਦੇ ਆਲੇ ਦੁਆਲੇ ਚੱਲਣੀ ਸ਼ੁਰੂ ਹੋ ਗਈ ਆ। ਠੀਕ ਆ, ਹੁਣ ਦੇਖੋ। ਸੋ ਇਸ ਦੇ ਵਿੱਚ ਜਿਹੜੀ ਹੈਗੀ ਆ ਜਿੱਦਾਂ ਜਿੱਦਾਂ ਇਮੇਜ ਜਿਹੜੀ ਹੈਗੀ ਆ ਇਮੇਜ ਨੂੰ ਮੂਵ ਕਰਦੇ ਪਏ ਆਪਾਂ, ਉਸੇ ਤਰ੍ਹਾਂ ਦੇ ਨਾਲ ਟੈਕਸਟ ਜਿਹੜੀ ਹੈਗੀ ਆ ਉਹ ਚੇਂਜ ਕਰਦੀ ਪਈ ਹੈਗੀ। ਜੇ ਇੱਥੋਂ ਆਪਾਂ ਇਸਦੀ ਸ਼ੇਪ ਚੇਂਜ ਕਰਾਂਗੇ, ਠੀਕ ਆ, ਸੋ ਇਹ ਜਿਹੜੀ ਇਮੇਜ ਜਿਹੜੀ ਹੈਗੀ ਆ ਹੁਣ ਟੈਕਸਟ ਜਿਹੜੀ ਹੈਗੀ ਆ ਅਕੋਰਡਿੰਗ ਟੂ ਸ਼ੇਪ ਜਿਹੜੀ ਹੈਗੀ ਆ ਹੋ ਗਈ ਚੇਂਜ। ਸੋ ਇਹ ਜਿਹੜੀ ਹੈਗੀ ਆ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਜਿਹੜੀ ਹੈਗੀ ਦਿਸੇਗੀ। ਸੋ ਇਸ ਤਰੀਕੇ ਦੇ ਨਾਲ ਇਹ ਇਮੇਜ ਨੂੰ ਕਰ ਸਕਦੇ ਹੈਗੇ ਤੁਸੀਂ, ਇਮੇਜ ਦੀ ਸ਼ੇਪ ਚੇਂਜ ਕਰ ਸਕਦੇ ਹੈਗੇ। ਠੀਕ ਆ, ਅਤੇ ਬਾਕੀ ਇਮੇਜ ਦੀਆਂ ਜਿਹੜੀਆਂ ਤੁਹਾਨੂੰ ਪਹਿਲਾਂ ਦੱਸੀਆਂ ਹੈਗੀਆਂ ਸਾਰੀਆਂ ਦੀ ਸਾਰੀਆਂ ਸੈਟਿੰਗਸ ਇਹਦੇ ਵਿੱਚ ਕਰ ਸਕਦੇ ਹੈਗੇ। ਇਸੇ ਤਰ੍ਹਾਂ ਹੀ ਜੇ ਸ਼ੇਪ ਹੈਗੀ ਹੈ ਸਾਡੇ ਕੋਲ, ਇਹ ਸ਼ੇਪ ਹੈਗੀ ਜਿੱਦਾਂ ਹੈ ਨਾ ਕੋਈ ਪੋਲੀਗਨ ਹੈ ਜਾਂ ਇਹ ਸ਼ੇਪ ਹੈ, ਠੀਕ ਹੈ, ਸ਼ੇਪ ਇੱਥੇ ਡਰਾਅ ਕਰਤੀ ਆਪਾਂ। ਠੀਕ ਹੈ, ਸੋ ਇਹਦੇ ਵਿੱਚ ਵੀ ਸੇਮ ਸ਼ੇਪ ਦੀ ਖੋਲ ਕੇ ਯੂਜ਼ ਫਰੇਮ ਸ਼ੇਪ। ਸੋ ਇਸ ਨੂੰ ਜੇ ਸ਼ੇਪ ਨੂੰ ਐਡਿਟ ਕਰਨਾ ਐਡਿਟ ਵੀ ਕਰ ਸਕਦੇ ਹੈਗੇ ਆ, ਇਹ ਐਡਿਟ ਕਰਨ ਦੇ ਲਈ ਹੈਗੀ, ਇਹਨੂੰ ਰੋਟੇਟ ਕਰਨਾ ਹੈਗਾ ਰੋਟੇਟ ਕਰ ਸਕਦੇ ਹਾਂ ਤੁਸੀਂ। ਠੀਕ ਹੈ, ਇਸ ਦੇ ਵਿੱਚ ਇਹ ਹੈਗਾ ਮੂਵ ਨੋਡ, ਇਹਨੂੰ ਸਿਲੈਕਟ ਕਰੋਗੇ, ਇਹ ਜਿਹੜਾ ਨੋਡ ਹੈਗਾ ਵਾ ਇਹਨੂੰ ਤੁਸੀਂ ਮੂਵ ਕਰ ਸਕਦੇ ਹੈਗੇ।
ਠੀਕ ਹੈ। ਇਹ ਜਿਹੜਾ ਹੈਗਾ ਵਾ ਕੋਈ ਨਵਾਂ ਨੋਡ ਐਡ ਕਰਨਾ ਚਾਹੁੰਦੇ ਸਪੋਜ਼ ਇਸ ਜਗ੍ਹਾ ਤੇ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਇਹਨੂੰ ਕਲਿੱਕ ਕਰਕੇ ਇਹਨੂੰ ਮੂਵ ਕਰ ਸਕਦੇ ਹੈਗੇ। ਜੇ ਡਿਲੀਟ ਕਰਨਾ ਹੈਗਾ ਤੇ ਡਿਲੀਟ ਕਰ ਸਕਦੇ ਹੋ ਤੁਸੀਂ ਨੋਡ ਨੂੰ, ਠੀਕ ਹੈ। ਜੇ ਰੋਟੇਟ ਕਰਨਾ ਹੈ ਰੋਟੇਟ ਕਰ ਸਕਦੇ ਡਿਗਰੀ ਦੇ ਉੱਤੇ, ਜੇ ਉਹਨੂੰ ਪਰਸੈਂਟੇਜ ਦੇ ਹਿਸਾਬ ਦੇ ਨਾਲ ਇਨਕਰੀਜ਼ ਜਾਂ ਡਿਕਰੀਜ਼ ਕਰਨਾ, ਠੀਕ ਹੈ, ਜਾਂ ਇੰਚਸ ਦੇ ਹਿਸਾਬ ਦੇ ਨਾਲ। ਸੋ ਇਹ ਸਾਰੀ ਸਾਰੀ ਸੈਟਿੰਗ ਜਿਹੜੀ ਹੈਗੀ ਤੁਸੀਂ ਕਰ ਸਕਦੇ ਹੈਗੇ ਸ਼ੇਪਸ ਦੇ ਨਾਲ ਤੇ ਇਮੇਜ ਦੇ ਨਾਲ। ਇਹ ਜਿਹੜੀ ਹੈਗੀ ਆ ਇਹ ਮਿਰਰ ਕਰਨ ਲਈ ਹੈ, ਠੀਕ ਆ। ਜੇ ਫਲਿੱਪ ਕਰਨਾ ਹੈਗਾ ਤਾਂ ਫਲਿੱਪ ਕਰਨ ਲਈ ਹੈ। ਸੋ ਇਹ ਇਸ ਤਰੀਕੇ ਦੇ ਨਾਲ ਤੁਸੀਂ ਜਿਹੜੀ ਹੈਗੀ ਹੈ ਇਮੇਜਸ ਨੂੰ ਕਰ ਸਕਦੇ ਹੈਗੇ। ਸੋ ਇਸ ਤੋਂ ਇਲਾਵਾ ਜਿਹੜਾ ਹੈਗਾ ਵਾ ਇੱਕ ਪੇਜ ਇਨਸਰਟ ਕੀਤਾ, ਮੈਂ ਚਾਹੁੰਦਾ ਹੈਗਾ ਕਿ ਸ਼ੇਪ ਦੇ ਵਿੱਚ ਕੋਈ ਮੇਰੀ ਹੈਗੀ ਹੈ ਟੈਕਸਟ ਆ ਜਾਵੇ, ਠੀਕ ਆ, ਜਾਂ ਅਲੱਗ ਟੈਕਸਟ ਦੇਣਾ ਚਾਹੁੰਦਾ ਹੈਗਾ ਮੈਂ ਇੱਥੇ ਕੁਛ ਟੈਕਸਟ ਦੇਣਾ ਚਾਹੁੰਦਾ ਹੈਗਾ ਵਾ, ਠੀਕ ਆ। ਸ਼ੇਪ ਹੈਗੀ ਹੈ ਮੇਰੇ ਕੋਲ, ਠੀਕ ਹੈ, ਸ਼ੇਪ ਹੈਗੀ ਹੈ ਸਪੋਜ਼ ਪੋਲੀਗਨ, ਠੀਕ ਹੈ। ਸ਼ੇਪ ਜਿਹੜੀ ਹੈਗੀ ਆ ਉਸਨੂੰ ਇੱਥੋਂ ਐਡਿਟ ਕਰ ਸਕਦਾ ਹੈਗਾ ਮੈਂ, ਠੀਕ ਹੈ। ਇਹਦੇ ਕਾਰਨਰਸ ਜਿੰਨੇ ਵੀ ਵਧਾਉਣੇ ਹੈਗੇ ਵਧਾ ਸਕਦਾ ਹੈਗਾ ਮੈਂ, ਠੀਕ ਹੈ। ਰੋਟੇਸ਼ਨ ਕਰਨੀ ਹੈਗੀ, ਰੋਟੇਟ ਕਰ ਸਕਦਾ ਇਹਨੂੰ, ਫੈਕਟਰ ਅਪਲਾਈ ਕਰਨਾ ਹੈਗਾ, ਫੈਕਟਰ ਅਪਲਾਈ ਕਰ ਸਕਦਾ ਹੈਗਾ ਮੈਂ। ਜੇ ਡਬਲ ਕਲਿੱਕ ਕਰਾਂਗੇ ਇਹਨੂੰ ਉਹਦੇ ਵਿੱਚ ਵੀ ਖੁੱਲ੍ਹ ਜਾਏਗਾ ਇਸ ਤਰ੍ਹਾਂ। ਸੋ ਹੁਣ ਇਹ ਜਿਹੜਾ ਹੈਗਾ ਵਾ ਇਹਦੇ ਵਿੱਚ ਜੇ ਮੈਂ ਕਰਾਂਗਾ ਰਾਈਟ ਕਲਿੱਕ ਕਰਾਂਗਾ ਤੇ ਕੁਛ ਨਹੀਂ ਹੋਣਾ ਹੈਗਾ, ਠੀਕ ਹੈ। ਮੈਂ ਚਾਹੁੰਦਾ ਹੈਗਾ ਵਾ ਇਹਦੇ ਵਿੱਚ ਅਲੱਗ ਟੈਕਸਟ ਕੋਈ ਦੇਵਾਂ, ਉਹਦੇ ਲਈ ਕੀ ਕਰੂੰਗਾ ਮੈਂ, ਉਸ ਦੇ ਲਈ ਜਿਹੜੀ ਹੈਗੀ ਆ ਆਈਟਮ ਦੇ ਵਿੱਚ ਜਾ ਕੇ ਕਨਵਰਟ ਟੂ ਇਹਨੂੰ ਟੈਕਸਟ ਫਰੇਮ ਜਿਹੜਾ ਹੈਗਾ ਕਨਵਰਟ ਕਰਾਂਗਾ ਪਹਿਲਾਂ ਮੈਂ, ਠੀਕ ਹੈ। ਇਹਨੂੰ ਕੀਤਾ ਟੈਕਸਟ ਫਰੇਮ, ਹੁਣ ਇਹ ਜਿਹੜੀ ਹੈਗੀ ਹੈ ਇਹ ਜਿਹੜੀ ਹੈਗੀ ਟੈਕਸਟ ਬਣ ਗਈ। ਇਹਦੇ ਵਿੱਚ ਮੈਂ ਅਲੱਗ ਤੋਂ ਕੋਈ ਜਿਹੜੀ ਹੈਗੀ ਹੈ ਟੈਕਸਟ ਜਿਹੜੀ ਹੈਗੀ ਕਰ ਸਕਦਾ, ਜਾਂ ਇਹਦੇ ਵਿੱਚ ਐਡਿਟ ਕਰ ਸਕਦਾ ਟੈਕਸਟ ਵਿਦ ਸਟੋਰੀ ਐਡੀਟਰ। ਠੀਕ ਹੈ, ਇਹਦੇ ਵਿੱਚ ਮੈਂ ਸਪੋਜ਼ ਆਪਣਾ ਨਾਮ ਲਿਖਣਾ ਚਾਹੁੰਦਾ ਹੈਗਾ, ਸਕ੍ਰਿਬਲਸ ਦੇ ਵਿੱਚ ਇੱਕ ਪ੍ਰੋਬਲਮ ਹੁੰਦੀ ਹੈ ਕਿ ਤੁਸੀਂ ਜਿਹੜੀ ਇਹਦੇ 'ਚ ਕਰਦੇ ਪਏ ਸਪੈਲਿੰਗ ਕਰਦੇ ਪਏ ਹੈਗੇ ਉਹ ਚੈੱਕ ਨਹੀਂ ਕਰਦਾ ਹੈਗਾ। ਸੋ ਇਸ ਕਰਕੇ ਇਸ ਦੇ ਵਿੱਚ ਇੰਪੋਰਟ ਦੀ ਆਪਸ਼ਨ ਹੈਗੀ, ਗੈਟ ਟੈਕਸਟ ਦੀ ਆਪਸ਼ਨ ਹੈਗੀ ਕਿ ਆਪਾਂ ਜਿਹੜੀ ਵਰਡ ਦੇ ਵਿੱਚ ਜਾ ਕੇ ਐਮ ਐਸ ਵਰਡ ਦੇ ਵਿੱਚ ਜਾ ਕੇ ਆਪਾਂ ਜਿਹੜਾ ਹੈਗਾ ਵਾ ਇਸ ਦੇ ਵਿੱਚ ਇਹਨੂੰ ਜਿਹੜਾ ਹੈਗਾ ਵਾ ਇਸ ਦੀ ਜਿਹੜੀ ਹੈਗੀ ਆ ਟੈਕਸ ਜਿਹੜੀ ਹੈਗੀ ਆ ਉਹਦੇ ਸਪੈਲ ਚੈੱਕ ਕਰ ਸਕਦੇ ਹੈਗੇ ਆਪਾਂ। ਸੋ ਇਹ ਜਿਹੜੀ ਹੈਗੀ ਆ ਟੈਕਸ ਇਸਦੇ ਵਿੱਚ ਆ ਗਈ ਆ, ਇਹਦੇ ਵਿੱਚ ਜਿਹੜੀ ਹੈਗੀ ਆ ਇਹ ਜਿਹੜੀ ਹੈਗੀ ਆ ਅਲੱਗ ਬਣ ਗਈ ਹੈਗੀ ਵਿੱਚ, ਠੀਕ ਹੈ। ਹੁਣ ਇਹ ਟੈਕਸ ਫਰੇਮ ਦੀ ਤਰ੍ਹਾਂ ਜਿਹੜਾ ਹੈਗਾ ਬਿਹੇਵ ਕਰਦਾ ਪਿਆ ਹੈਗਾ, ਠੀਕ ਆ। ਸੋ ਇਸਦੇ ਵਿੱਚ ਜਿਹੜੀ ਹੈਗੀ ਹੈ ਇਸਦੀ ਪੋਜੀਸ਼ਨ ਚੇਂਜ ਕਰਨੀ ਹੈਗੀ ਹੈ, ਸਾਈਜ਼ ਵਧਾਉਣਾ ਹੈਗਾ ਜਾਂ ਘਟਾਉਣਾ ਹੈਗਾ ਤੁਸੀਂ,
ਸੋ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਵਾ ਇਹਨੂੰ ਜਿਹੜਾ ਹੈਗਾ ਤੁਸੀਂ ਕਰ ਸਕਦੇ ਹੈਗੇ। ਹੁਣ ਟੈਕਸ ਇਹਦੇ ਵਿੱਚ ਚਲੀ ਗਈ, ਠੀਕ ਆ। ਇਹਨੂੰ ਟੈਕਸ ਨੂੰ ਤੁਸੀਂ ਜਿੱਦਾਂ ਵੀ ਅਰੇਂਜ ਕਰਨਾ ਹੈਗਾ ਕਰ ਸਕਦੇ ਹੈਗੇ। ਸੋ ਇਨਸਾਈਡ ਵੀ ਹੋ ਗਈ, ਆਊਟਸਾਈਡ ਵੀ ਹੋ ਗਈ, ਠੀਕ ਆ। ਇੱਥੇ ਜੇ ਇਕੱਲਾ ਤੁਸੀਂ ਕਰਨਾ ਹੈਗਾ ਉਹੀ ਸੇਮ ਚੀਜ਼ ਤਰੀਕੇ ਦੇ ਨਾਲ, ਠੀਕ ਆ। ਇਹ ਹੋ ਗਿਆ ਸਾਡੇ ਕੋਲ, ਇਹਨੂੰ ਵੱਡਾ ਕੀਤਾ ਆਪਾਂ, ਠੀਕ ਆ। ਆਈਟਮ ਕਨਵਰਟ ਟੂ ਟੈਕਸਟ ਫਰੇਮ, ਗੈਟ ਟੈਕਸਟ। ਸੋ ਇਸ ਤਰੀਕੇ ਦੇ ਨਾਲ ਇਹ ਟੈਕਸਟ ਜਿਹੜੀ ਹੈਗੀ ਆ ਗਈ ਇਸ ਵਿੱਚ। ਸੋ ਇਨਸਾਈਡ ਵੀ ਕਰ ਸਕਦੇ ਹਾਂ ਅਤੇ ਬਾਹਰਲੇ ਪਾਸੇ ਵੀ ਅਰੇਂਜ ਕਰ ਸਕਦੇ ਹੈਗੇ ਆ ਟੈਕਸਟ ਨੂੰ। ਸੋ ਇਸ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਇਸ ਵਿੱਚ ਤੁਸੀਂ ਅਰੇਂਜ ਕਰ ਸਕਦੇ ਹੈਗੇ ਆ। ਬਾਕੀ ਇਸ ਦੇ ਵਿੱਚ ਟੂਲਸ ਸ਼ੇਪਸ ਹੁੰਦੀਆਂ ਵਾ ਥੋੜ੍ਹੀਆਂ ਬਹੁਤੀਆਂ ਹੋਰ, ਉਹ ਯੂਜ਼ ਕਰ ਸਕਦੇ ਹਾਂ ਤੁਸੀਂ। ਜਿੱਦਾਂ ਇਹ ਸ਼ੇਪ ਹੈਗੀ, ਲਾਈਨ ਸ਼ੇਪ ਹੈਗੀ ਆ, ਲਾਈਨ ਡਰਾ ਕਰਦੀ ਹੈਗੀ ਆ। ਜੇ ਤੁਸੀਂ ਇਹਨੂੰ ਡਬਲ ਕਲਿੱਕ ਕਰਦੇ ਆ ਦੈਨ ਯੂ ਕੈਨ ਮੂਵ, ਇੱਦਾਂ ਮੂਵ ਕਰ ਸਕਦੇ ਹਾਂ ਇਹਨੂੰ, ਠੀਕ ਆ। ਉਸ ਤੋਂ ਇਲਾਵਾ ਇਹ ਹੈਗਾ ਬੇਜੀਅਰ ਕਰਵ ਹੈਗੀ ਆ। ਬੇਜੀਅਰ ਕਰਵ ਦੇ ਉੱਤੇ ਜਦੋਂ ਤੁਸੀਂ ਕਲਿੱਕ ਕਰਦੇ ਆ ਤੇ ਲਾਈਨ ਡਰਾ ਕਰਦੀ ਹੈਗੀ ਇਸੇ ਤਰ੍ਹਾਂ ਹੀ, ਠੀਕ ਆ। ਜੇ ਤੁਸੀਂ ਇਹਨੂੰ ਕਲਿੱਕ ਕਰਕੇ ਰੱਖਦੇ ਆ ਥੋੜ੍ਹਾ ਜਿਹਾ ਮਾਊਸ ਤਾਂ ਇਹ ਕਰਵ ਹੋ ਜਾਂਦੀ ਹੈਗੀ। ਠੀਕ ਆ। ਸੋ ਇਸ ਤਰੀਕੇ ਨਾਲ ਜਦੋਂ ਸਕੇਪ ਕਰਦੇ ਹਾਂ ਤਾਂ ਤੁਸੀਂ ਇਹ ਡਬਲ ਕਲਿੱਕ ਕਰੋਗੇ ਤੇ ਇਹਦਾ ਟੂਲ ਖੁੱਲ ਜਾਂਦਾ ਹੈਗਾ, ਸਾਰੀਆਂ ਆਪਸ਼ਨ ਹੈਗੀਆਂ ਉਦਾਂ ਹੀ, ਠੀਕ ਆ। ਇਹ ਹੈਗੀ ਆ ਓਪਨ, ਕਿਸੇ ਜਗ੍ਹਾ ਤੋਂ ਓਪਨ ਕਰਨਾ, ਕਿਉਂਕਿ ਇਹ ਓਪਨ ਹੀ ਹੈਗੀ ਆ। ਜੇ ਕਲੋਜ਼ ਕਰਨਾ ਹੈਗਾ ਹੁਣ ਬੇਜੀਅਰ ਕਰਨ ਨੂੰ, ਇਹ ਕਲੋਜ਼ ਹੋ ਗਈ। ਸੋ ਇਹ ਪੂਰੀ ਇੱਕ ਕਲੋਜ਼ ਹੋ ਗਈ। ਇਹਨੂੰ ਵੀ ਐਜ਼ ਏ ਟੈਕਸਟ ਫਰੇਮ ਆਪਾਂ ਯੂਜ਼ ਕਰ ਸਕਦੇ ਹੈਗੇ, ਠੀਕ ਆ। ਸੋ ਇਸ ਦੇ ਵਿੱਚ ਵੀ ਆਪਾਂ ਹੋਰ ਐਡੀਟਿੰਗ ਜਿਹੜੀ ਹੈਗੀ ਆ ਕਰ ਸਕਦੇ ਹੈਗੇ ਆ। ਜਿੱਦਾਂ ਹੁਣ ਲਾਈਨ ਹੈਗੀ ਆ, ਇਸ ਲਾਈਨ ਨੂੰ ਵੀ ਆਪਾਂ ਜਿਹੜਾ ਹੈਗਾ ਵਾ ਚੇਂਜ ਕਰ ਸਕਦੇ ਹੈਗੇ ਆ। ਸੋ ਇਸ ਤਰੀਕੇ ਦੇ ਨਾਲ ਜਿਹੜੀਆਂ ਹੈਗੀਆਂ ਤੁਸੀਂ ਸ਼ੇਪਸ ਵਗੈਰਾ ਅਤੇ ਟੈਕਸ ਵਗੈਰਾ ਜਿਹੜੀ ਹੈਗੀ ਯੂਜ਼ ਕਰ ਸਕਦੇ ਹਾਂ ਇਸ ਦੇ ਵਿੱਚ।